ਫੀਲ ਕਿ ਜੇ ਇੱਕ ਫਾਦਰ ਬਾਹਰ ਜਾ ਕੇ ਕੰਮ ਕਰ ਸਕਦਾ ਹੈ ਤਾਂ ਇੱਕ ਮਦਰ ਵੀ ਜਾ ਸਕਦਾ। ਅਸੀਂ ਹਮੇਸ਼ਾ ਇੱਕ ਇੱਕ ਔਰਤ ਉੱਤੇ ਕੁੜੀ ਉੱਤੇ ਉਹ ਗਿਲਟ ਪਾਉਣਾ ਚਾਹੁੰਦੇ ਹਾਂ, ਯੂ ਨੋ ਕਿ ਓ ਸ਼ੀ ਲੈਫਟ ਹਰ ਕਿਡਸ, ਸ਼ੀ ਲੈਫਟ ਹਰ ਕਿਡਸ, ਦੈਟਸ ਨੋਟ ਫੇਅਰ। ਐਕਟਰ ਹੋਣਾ ਵੀ ਬਹੁਤ ਜ਼ਰੂਰੀ ਹੈ, ਤੁਸੀਂ ਐਕਟਿੰਗ ਤੋਂ ਬਿਨਾਂ ਫਿਲਮਾਂ ਨਹੀਂ ਕਰ ਸਕਦੇ, ਤੁਸੀਂ ਭਾਵੇਂ ਜਿੱਡੇ ਵੱਡੇ ਮਰਜ਼ੀ ਸਟਾਰ ਆ। ਨਿਊ ਸਿੱਖ ਰਹੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਸਾਨੂੰ ਮਿਲਾਵਾਂਗੇ ਉਹਨਾਂ ਨੂੰ ਜਿਨ੍ਹਾਂ ਨੂੰ ਇੰਟਰੋਡਕਸ਼ਨ ਦੀ ਲੋੜ ਵੀ ਹੈ ਨਹੀਂ, ਪੰਜਾਬੀ ਸਿਨੇਮਾ ਦੀ ਰਾਣੀ ਅਤੇ ਪੰਜਾਬੀ ਸਿਨੇਮਾ ਦੇ ਡਾਇਮੰਡ। ਸਭ ਤੋਂ ਪਹਿਲਾਂ ਤਾਂ ਇਹ ਟਾਈਟਲ ਕੈਰੀ ਕਰਨੇ ਕਿੰਨੇ ਔਖੇ, ਪੰਜਾਬੀ ਸਿਨੇਮਾ ਦੀ ਰਾਣੀ? ਨਹੀਂ, ਮੈਨੂੰ ਤਾਂ ਲੱਗਦਾ ਸੀ ਸਾਰੇ ਕੁਈਨਸ ਆ, ਤੁਸੀਂ ਕੁਈਨ ਆ, ਐਵਰੀ ਵੂਮਨ ਇਜ਼ ਅ ਕੁਈਨ, ਬਸ ਉਹਨੂੰ ਰੈਕਗਨਾਈਜ਼ ਕਰਨਾ ਚਾਹੀਦਾ ਹੈ। ਮੈਂ ਕੋਈ ਵੀ ਟੈਗ ਇੰਨਾ ਸੀਰੀਅਸ ਨਹੀਂ ਲੈਂਦੀ, ਮੈਨੂੰ ਤਾਂ ਆਈ ਥਿੰਕ ਆਈ ਐਮ ਸਟਿਲ ਅ ਨਿਊ ਕਮਰ, ਮੈਂ ਕੁਛ ਨਹੀਂ ਕੀਤਾ ਲਾਈਫ, ਸੋ ਆਈ ਐਮ ਨੋਟ ਦੈਟ, ਬਟ ਥੈਂਕ ਯੂ ਸੋ ਮਚ ਕਿ ਤੁਸੀਂ ਮੈਨੂੰ ਉਹ ਦਾਜ ਦਿੱਤਾ ਹੈ, ਆਈ ਲਵ ਯੂ ਆਲ ਸੋ ਮਚ। ਤੁਸੀਂ ਨਿਊ ਕਮਰ ਨਿਊ ਲੱਗਦੇ ਜ਼ਰੂਰ ਹੋ ਤੁਸੀਂ, ਥੈਂਕ ਯੂ, ਥੈਂਕ ਯੂ ਸੋ ਮਚ। ਤੁਹਾਨੂੰ ਕਿਵੇਂ ਲੱਗਦਾ ਵੀ ਟਾਈਟਲ ਕਿਵੇਂ ਹੈ? ਇਹ ਤਾਂ ਆਡੀਅੰਸ ਦਾ ਪਿਆਰ ਹੈ ਜੀ, ਮਤਲਬ ਮੈਂ ਤਾਂ ਬਹੁਤ ਛੋਟਾ ਸਮਝਦਾ ਆਪਦੇ ਆਪ ਨੂੰ, ਮੈਂ ਡਾਇਮੰਡ ਸਟਾਰ ਤਾਂ ਬਹੁਤ ਦੂਰ ਦੀ ਗੱਲ ਹੈ, ਮੈਂ ਤਾਂ ਕੁਛ ਸਟਾਰ ਵੀ ਨਹੀਂ ਸਮਝਦਾ ਆਪਦੇ ਆਪ ਨੂੰ। ਜਿੱਦਾਂ ਫਿਲਮ 'ਚ ਦਰਸਾਇਆ ਗਿਆ ਹੈ ਕਿ ਇੱਕ ਜਿਹੜਾ, ਤੁਹਾਨੂੰ ਮੈਂ ਪਹਿਲਾਂ ਵੀ ਕੁਐਸਚਨ ਪੁੱਛਿਆ ਸੀਗਾ ਕਿ ਇੱਕ ਵੱਡੀ ਉਮਰ ਦੀ ਕੁੜੀ ਛੋਟੇ ਉਮਰ ਦੇ ਮੁੰਡੇ ਨਾਲ ਪਿਆਰ 'ਚ ਪੈਂਦੀ, ਇਹ ਆਪਾਂ ਰਿਐਲਿਟੀ 'ਚ ਵੀ ਦੇਖਦੇ ਹਾਂ, ਅਕੋਰਡਿੰਗ ਟੂ ਯੂ ਇੱਕ ਗਰਲ ਨੂੰ ਛੋਟਾ ਮੁੰਡਾ ਕਿਉਂ ਅਟਰੈਕਟ ਕਰਦਾ ਹੈ? ਕਿਉਂ ਅਟਰੈਕਟ ਕਰਦਾ ਹੈ, ਆਈ ਡੋਂਟ ਨੋ ਇਹਦਾ ਕੋਈ ਡੈਫੀਨੇਸ਼ਨ ਜਾਂ ਐਗਜੈਕਟ ਕੀ ਫੈਕਟ ਆ, ਬਟ ਆਈ ਜਸਟ ਥਿੰਕ ਜਦੋਂ ਕਿਤੇ ਵੀ ਕੈਮਿਸਟਰੀ ਹੋ ਸਕਦੀ ਹੈ, ਤੁਹਾਨੂੰ ਕੁਛ ਨਹੀਂ ਪਤਾ, ਸ਼ਾਇਦ ਵਨ ਵੀ ਗਰੋਇੰਗ ਅਪ ਸਾਨੂੰ ਆਈ ਲੱਗਦਾ ਕਿ ਸਾਡਾ ਪਾਰਟਨਰ ਜਾਂ ਹਸਬੈਂਡ ਜਾਂ ਬੋਏਫ੍ਰੈਂਡ ਆਏ ਹੋਊਗਾ, ਐਂਡ ਦੈਨ ਤੁਸੀਂ ਬਿਲਕੁਲ ਕੰਪਲੀਟ ਓਪੋਜ਼ਿਟ ਮਿਲਦੇ ਹੋ, ਐਂਡ ਦੈਨ ਦੇਰ ਇਜ਼ ਅ ਸਪਾਰਕ, ਉਹਨੂੰ ਅਸੀਂ ਨਹੀਂ ਡਿਸਕ੍ਰਾਈਬ ਕਰ ਸਕਦੇ, ਇਟਸ ਜਸਟ ਅ ਸਪਾਰਕ, ਐਂਡ ਜਦੋਂ ਹੁੰਦਾ ਹੈ ਤਾਂ ਹੋ ਜਾਂਦਾ ਹੈ। ਸਰ, ਮੁੰਡੇ ਕਹਿੰਦੇ ਆ ਕਿ ਵੱਡੀ ਕੁੜੀਆਂ ਜ਼ਿਆਦਾ ਮਤਲਬ ਅਟਰੈਕਟ ਕਰਦੀਆਂ, ਇੱਦਾਂ ਕਿਉਂ ਹੈ? ਮਿਹਨਤ ਕਰਦੀਆਂ ਜੀ, ਉਹੀ ਕਾਰਨ ਪੁੱਛ ਰਹੀ ਹਾਂ। ਪਤਾ ਨਹੀਂ ਇਹਦਾ ਹੁਣ ਕੀ ਪਰਟੀਕੁਲਰ ਰੀਜ਼ਨ ਤਾਂ ਕੋਈ ਵੀ ਨਹੀਂ ਗਾ, ਹੈ ਨਾ, ਦਿਲ ਨੂੰ ਕੋਈ ਵੀ ਜਲਦਾ, ਮੈਂ ਨਹੀਂ ਕਹਿੰਦਾ ਕਿ ਮੈਨੂੰ ਸਿਰਫ ਵੱਡੀਆਂ ਕੁੜੀਆਂ ਅਟਰੈਕਟ ਕਰਦੀਆਂ, ਇਹ ਸਭ ਉਮਰਾਂ ਦੇ ਪੈਮਾਨੇ ਅਸੀਂ ਬਣਾਏ ਹੋਏ ਨੇ ਜੀ, ਇਹੋ ਜਿਹਾ ਕੁਛ ਹੈ ਨਹੀਂ, ਬਸ ਜਿਹੜਾ ਤੁਹਾਡੇ ਦਿਲ ਨੂੰ ਚੰਗਾ ਲੱਗ ਰਿਹਾ ਉਹਦਾ ਕਿਉਂ ਨਹੀਂ ਹੁੰਦਾ, ਮੈਨੂੰ ਲੱਗਦਾ ਉੱਥੇ ਵਾਈ ਨਹੀਂ ਹੁੰਦਾ, ਹੈ ਨਾ, ਰੀਜ਼ਨ ਮਤਲਬ ਆਈਡੈਂਟੀਫਾਈ ਕਰਨਾ। ਤੁਸੀਂ ਕਹਿੰਦੇ ਕਿ ਮੈਨੂੰ ਨਾ ਪੰਜਾਬੀ ਮੁੰਡਾ ਹੀ ਚਾਹੀਦਾ, ਮੈਨੂੰ ਜੱਟ ਮੁੰਡਾ ਹੀ ਚਾਹੀਦਾ, ਬਟ ਦੈਨ ਆਲਸੋ ਯੂ ਸੀ ਲਾਈਕ ਇੰਟਰਰੇਸ਼ੀਅਲ ਕਪਲਸ, ਅਤੇ ਉਹਨਾਂ ਦੀ ਜੋ ਕੈਮਿਸਟਰੀ ਹੈ, ਉਹਨਾਂ ਦਾ ਜੋ ਇਕੁਏਸ਼ਨ ਹੈ, ਇਟਸ ਦੈਟਸ ਲਵ, ਦੈਟਸ ਬਹੁਤ ਐਕਸਾਈਟਮੈਂਟ ਹੈ, ਐਂਡ ਸਾਰਿਆਂ ਦਾ ਮਤਲਬ ਉਹ ਟ੍ਰੇਲਰ ਦੇਖ ਕੇ ਐਕਸਪੈਕਟੇਸ਼ਨ ਜੋ ਨੇ, ਐਂਡ ਆਈ ਮੀਨ ਵੀ ਬੀਨ ਲਾਈਕ ਵਰਕਿੰਗ ਔਨ ਦਿਸ ਪ੍ਰੋਜੈਕਟ ਫੋਰ ਅ ਵਾਈਲ, ਸੋ ਵੀ ਵੈਰੀ ਵੈਰੀ ਐਕਸਾਈਟਡ, ਸੋ ਨਹੀਂ ਨੀਂਦ ਤਾਂ ਬਿਲਕੁਲ ਹੀ ਨਹੀਂ ਆਉਂਦੀ ਅੱਜ ਕੱਲ੍ਹ। ਤੁਸੀਂ ਬਹੁਤ ਨਿਊ ਇੰਡਸਟਰੀ 'ਚ ਰਾਈਟ, ਬਾਜਵਾ ਮੈਮ ਨਾਲ ਕੰਮ ਕਰਕੇ ਕੀ ਡਿਫਰੈਂਟ ਸੀਗਾ ਬਾਕੀਆਂ ਨਾਲੋਂ, ਮਤਲਬ ਇਹ ਸਟ੍ਰਿਕਟ ਨੇ ਥੋੜ੍ਹੇ ਜਿਹੇ? ਨਹੀਂ, ਸਟ੍ਰਿਕਟ ਤਾਂ ਨਹੀਂ ਹੈਗੇ, ਉਵੇਂ ਹੀ ਲੱਗਿਆ ਜਿਵੇਂ ਫਿਲਮਾਂ ਵਾਲੇ ਮੈਨੂੰ ਲੱਗਦਾ ਸਾਰੇ ਇੱਕੋ ਵਰਗੇ ਹੋ ਜਾਂਦੇ ਆ, ਹੈ ਨਾ, ਫਿਲਮਾਂ ਵਾਲੇ ਸਿਰਫ ਫਿਲਮ ਵਾਸਤੇ ਹੀ ਸੋਚਦੇ ਆ, ਸੈੱਟ 'ਤੇ ਵੀ ਸਾਰਿਆਂ ਨੂੰ ਹੁੰਦਾ, ਔਰ ਜਿੰਨੇ ਜ਼ਿਆਦਾ ਪ੍ਰੋਫੈਸ਼ਨਲ ਐਕਟਰ ਨਾਲ ਤੁਸੀਂ ਕੰਮ ਕਰਦੇ ਆ, ਔਰ ਮੈਂ ਬਹੁਤ ਲੱਕੀ ਹਾਂ ਕਿ ਮੈਂ ਸੋਨਮ ਨਾਲ ਕੰਮ ਕੀਤਾ, ਉਹ ਵੀ ਬਹੁਤ ਪੰਕਚੁਅਲ ਹੈ, ਸਰਗੁਣ ਵੀ ਬਹੁਤ ਪੰਕਚੁਅਲ ਹੈ, ਤਾਨਿਆ ਵੀ ਬਹੁਤ ਪੰਕਚੁਅਲ ਹੈ, ਨੀਰੂ ਜੀ ਲੱਗਦਾ ਸਭ ਤੋਂ ਜ਼ਿਆਦਾ ਪੰਕਚੁਅਲ ਹੈ, ਸੋ ਮੇਰੀ ਸਕੂਲਿੰਗ ਹੀ ਐਂ ਕਿ ਬਸ ਮੈਨੂੰ ਆਪਾਂ ਸੁਣਦੇ ਹਾਂ ਕਿ ਯਾਰ ਉਹ ਫਲਾਨਾ ਐਕਟਰ ਤਾਂ ਬਹੁਤ ਲੇਟ ਆਉਂਦਾ ਹੈ, ਪਰ ਤੁਸੀਂ ਸੁਣਿਆ ਹੋਣਾ ਨਾ ਗੱਲਾਂ ਕਰਦੇ, ਯਾਰ ਉਹ ਤਾਂ ਪੂਰਾ ਮੈਨੂੰ ਤਾਂ ਕਦੇ ਤੱਕ ਕੋਈ ਮਿਲਿਆ ਨਹੀਂ, ਸਾਰੇ ਐਂ ਪੂਰੀ ਸਪੀਡ 'ਚ ਚੱਲੇ। ਅਤੇ ਆਪਾਂ ਪੰਜਾਬੀ ਸਿਨੇਮਾ 'ਚ ਪੈਟਰਨ ਦੇਖ ਰਹੇ ਹਾਂ, ਮੋਸਟਲੀ ਮੈਂ ਜੇ ਕਹਾਂ ਐਕਟਰਸ ਬਾਰੇ ਕਿ ਜੇ ਤੁਸੀਂ ਸਿੰਗਰ ਹੋ ਤਾਂ ਤੁਹਾਡਾ ਪਾਥਵੇ ਖੁੱਲ ਜਾਂਦਾ ਆ, ਇਹਦੇ 'ਤੇ ਤੁਹਾਡਾ ਕੀ ਟੇਕ ਹੈ? ਮੇਰਾ ਕੀ ਟੇਕ ਆ, ਆਈ ਨੋ ਬਹੁਤ ਸਾਲ ਹੋ ਗਏ ਹਮੇਸ਼ਾ ਇਹ ਸਵਾਲ ਪੁੱਛਿਆ ਜਾਂਦਾ ਹੈ, ਬਟ ਆਈ ਥਿੰਕ ਕਿ ਪੰਜਾਬੀ ਆਡੀਅੰਸ ਤੁਹਾਨੂੰ ਐਕਸੈਪਟ ਕਰਦੀ ਆ, ਤੁਸੀਂ ਉਹਦੇ ਆਪਣੇ ਲੱਗਦੇ ਹੋ, ਦੈਨ ਦੇ ਵਾਂਟ ਟੂ ਸੀ ਯੂ ਇਨ ਦ ਥੀਏਟਰ, ਸੋ ਇਹਨਾਂ ਦੇ ਦੇ ਆਲਰੇਡੀ ਬਿਗ ਸਟਾਰਸ, ਬਿਗ ਸਿੰਗਰਸ ਨੇ, ਸੋ ਆਲਰੇਡੀ ਉਹ ਕਨੈਕਟਿਵਿਟੀ ਬਣ ਚੁੱਕੀ ਆ, ਐਂਡ ਦੈਨ ਓਬਵੀਅਸਲੀ ਨੈਚੁਰਲ ਸਟੈਪ ਇਹੀ ਆ ਫਿਲਮਸ, ਸੋ ਅਫਕੋਰਸ ਮੈਨੂੰ ਲੱਗਦਾ ਜੀ ਕਿ ਪ੍ਰੋਡਕਸ਼ਨ ਲੈਵਲ 'ਤੇ ਕਿਤੇ ਨਾ ਕਿਤੇ ਹੈ ਕਿ ਪ੍ਰੋਡਿਊਸਰਸ ਥੋੜ੍ਹਾ ਜ਼ਿਆਦਾ ਰਿਲਾਈ ਕਰਦੇ ਜਿਹੜਾ ਬੰਦਾ ਆਲਰੇਡੀ ਨੋਨ ਹੈ ਇੰਡਸਟਰੀ 'ਚ, ਪਰ ਟਿਕਦਾ ਉਹੀ ਹੈ ਜੀ ਜੋ ਡਿਜ਼ਰਵਿੰਗ ਹੈ, ਇੱਦਾਂ ਮਤਲਬ ਹਰ ਰੋਜ਼ ਸਿੰਗਰ ਆਉਂਦਾ, ਤੁਸੀਂ ਜੇ ਗਿਣ ਕੇ ਵੀ ਰੱਖੋਗੇ ਤਾਂ ਮੈਨੂੰ ਲੱਗਦਾ ਜ਼ਿਆਦਾ ਨਹੀਂ ਤਾਂ ਹਰ ਸਾਲ 10 ਨਵੇਂ ਸਟਾਰ ਐਜ਼ ਅ ਸਿੰਗਰ ਬਣਦੇ ਨੇ, ਪਰ ਉਹਨਾਂ 'ਚੋਂ ਫਿਲਮਾਂ 'ਚ ਕਿੰਨੇ ਆਏ ਔਰ ਕਿੰਨਿਆਂ ਦੀਆਂ ਫਿਲਮਾਂ ਸਕਸੈਸਫੁਲ ਹੋਈਆਂ, ਅਫਕੋਰਸ ਉਹ ਟੈਲੈਂਟ ਉਹ ਡਿਜ਼ਰਵਿੰਗ ਐਕਸੈਪਸ਼ਨ ਜਿਹੜੀ ਆ, ਹੈ ਨਾ, ਆਡੀਅੰਸ ਦੀ ਜਿਹੜੀ ਆਡੀਅੰਸ ਜਿਹਨੂੰ ਐਕਸੈਪਟ ਕਰਦੀ ਹੈ, ਇਹ ਵੀ ਬਹੁਤ ਜ਼ਰੂਰੀ ਹੈ,
ਔਰ ਸਭ ਤੋਂ ਇੰਪੋਰਟੈਂਟ ਗੱਲ ਮੈਨੂੰ ਇਹ ਲੱਗਦੀ ਹੈ ਕਿ ਐਕਟਰ ਹੋਣਾ ਵੀ ਬਹੁਤ ਜ਼ਰੂਰੀ ਹੈ। ਤੁਸੀਂ ਐਕਟਿੰਗ ਤੋਂ ਬਿਨਾਂ ਫਿਲਮਾਂ ਨਹੀਂ ਕਰ ਸਕਦੇ, ਤੁਸੀਂ ਭਾਵੇਂ ਜਿੱਡੇ ਵੱਡੇ ਮਰਜ਼ੀ ਸਟਾਰ ਆ। ਹਾਂ, ਔਰ ਫਿਲਮ ਇਜ਼ ਆਲ ਅਬਾਊਟ ਟ੍ਰੇਲਰ, ਫਿਲਮ ਸਟੋਰੀ, ਫਿਲਮ ਐਂਟਰਟੇਨ ਕਰ ਰਹੀ ਹੈ। ਮੈਂ ਕਦੀ ਇਸ ਕਰਕੇ ਫਿਲਮ ਕੋਈ ਟ੍ਰੇਲਰ 'ਚ ਮੈਂ ਨਹੀਂ ਹੈ, ਮਤਲਬ ਮੈਨੂੰ ਇਹ ਲੱਗਦਾ ਕਿ ਹੁਣ ਉਹ ਦੌਰ ਹੀ ਨਹੀਂ ਰਿਹਾ ਕਿ ਲੋਕ ਸਟਾਰ ਨੂੰ ਦੇਖਣ ਜਾਂਦੇ, ਮੈਨੂੰ ਇਹ ਲੱਗਦਾ ਲੋਕ ਫਿਲਮ ਨੂੰ ਦੇਖਣ ਜਾਂਦੇ। ਹੁਣ ਤੱਕ ਤਾਂ ਨੀ ਲੱਗਿਆ ਕਿ ਯਾਰ ਖਤਮ ਕਰੋ ਚਲੋ ਨੈਕਸਟ। ਨਹੀਂ, ਮਿਹਨਤ ਕੀਤੀ, ਮੈਂ ਸੋਚਿਆ ਸੀ ਮੈਨੂੰ ਆਹ ਨੀ ਪੁੱਛਿਆ। ਨਹੀਂ ਜੀ, ਮੈਨੂੰ ਵੀ ਨਹੀਂ ਕੋਈ, ਸਾਰੇ ਕੁਸ਼ਚਨ ਪੁੱਛ ਲਏ ਸਾਰਿਆਂ ਨੇ, ਔਰ ਸਗੋਂ ਐਂ ਹੁੰਦਾ ਕਿ ਸਵਾਲ ਜ਼ਿਆਦਾ ਰਿਪੀਟ ਹੋ ਜਾਂਦੇ ਕਈ ਵਾਰੀ, ਪਰ ਇਹਦੇ 'ਚ ਸਾਨੂੰ ਬੋਲਣ ਲੱਗੇ ਐਂ ਲੱਗਿਆ ਨਹੀਂ ਕਿ ਇਹ ਬਹੁਤ ਹੋ ਗਿਆ ਸਾਨੂੰ, ਸਾਡਾ ਤਾਂ ਕਦੋਂ ਹੋਰ ਬੋਲੀਆਂ ਇੰਟਰਵਿਊਜ਼ ਦੀਆਂ ਕਦੋਂ ਟਾਈਮ ਅਪ ਹੋ ਜਾਂਦਾ, ਇੱਕ ਵੀ ਇੰਟਰਵਿਊ ਐਂ ਨਹੀਂ ਲੱਗਿਆ ਕਿ ਯਾਰ ਇਹਦੇ 'ਚ ਬਹੁਤ ਖਤਮ ਹੀ ਨਹੀਂ ਹੋ ਰਿਹਾ, ਅਦਰਵਾਈਜ਼ ਲੱਗਦਾ ਹੁੰਦਾ ਕਈ ਵਾਰੀ ਕਿ ਯਾਰ ਹੁਣ ਹੋ ਗਿਆ, ਮੈਂ ਦੇ ਸਾਰੇ ਜਵਾਬ। ਸੋ ਇਹ ਬਹੁਤ ਫਰੈਸ਼ ਹੈ ਸਾਰਾ ਕੁਛ, ਅਤੇ ਬਸ ਐਕਸਾਈਟਿਡ ਹਾਂ ਕਿ ਯਾਰ ਇਹ ਜੋ ਸਾਨੂੰ ਲੱਗ ਰਿਹਾ ਵਾਕਈ ਆਡੀਅੰਸ ਨੂੰ ਵੀ ਲੱਗ ਰਿਹਾ ਹੋਵੇ। ਇੱਕ ਵਰਕ ਲਾਈਫ ਬੈਲੈਂਸ ਦੀ ਗੱਲ ਕਰੀਏ, ਤੁਸੀਂ ਮੈਰਿਡ ਹੋ, ਯੂ ਹੈਵ 3 ਬਿਊਟੀਫੁਲ ਬਿਊਟੀਫੁਲ ਡੌਟਰਸ, ਮਤਲਬ ਲੱਗਦਾ ਹੈ ਕਿ ਇੱਕ ਲੇਡੀ ਲਈ ਸਿਨੇਮਾ ਦੇ ਵਿੱਚ ਆਉਣਾ ਕੰਪੈਰੇਟਿਵਲੀ ਔਖਾ ਆ? ਨਹੀਂ, ਮੈਨੂੰ ਲੱਗਦਾ ਕਿ ਮੁੰਡੇ ਕੁੜੀਆਂ ਲਈ ਦੋਨਾਂ ਲਈ ਬਹੁਤ ਮੁਸ਼ਕਿਲ ਆ ਆਲ ਓਵਰ ਦਾ ਵਰਲਡ, ਐਂਡ ਆਈ ਓਲਵੇਜ਼ ਸੇ ਕਿ ਮੈਨੂੰ ਅਕਸਰ ਇਹ ਪੁੱਛਿਆ ਜਾਂਦਾ ਕਿ ਤੁਹਾਡਾ ਡ੍ਰੀਮ ਰੋਲ ਕੀ ਆ, ਤਾਂ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਮੈਂ ਜੋ ਵੀ ਰੋਲ ਕਰਦੀ ਹਾਂ ਉਹ ਮੇਰਾ ਡ੍ਰੀਮ ਰੋਲ ਹੁੰਦਾ, ਕਿਉਂਕਿ ਐਜ਼ ਅ ਵਰਕਿੰਗ ਐਕਟਰ ਆਈ ਐਮ ਸੋ ਬਲੈਸਡ ਕਿ ਮੈਂ ਜੋ ਵਟ ਆਈ ਲਵ ਆਈ ਗੈਟ ਪੇਡ ਫੋਰ ਇਟ, ਬਟ ਹਾਂ ਟੂ ਮੇਨਟੇਨ ਇਟ ਉਹ ਦੈਟਸ ਡਿਫਰੈਂਟ। ਮਤਲਬ ਜੋ ਹੁਣ ਮੈਨੂੰ ਕੁਐਸਚਨਸ ਪੁੱਛੇ ਜਾਂਦੇ ਆ, ਜਿਵੇਂ ਇਹ ਸਵਾਲ ਯੂ ਨੋ ਤੁਸੀਂ ਬੈਲੈਂਸ ਕਿਵੇਂ ਕਰਦੇ ਹੋ ਤੁਹਾਡੇ ਬੱਚੇ, ਮੇਰੇ ਜੋ ਕੋਲੀਗਸ ਨੇ ਉਹਨਾਂ ਦੇ ਵੀ ਬੱਚੇ, ਤੋ ਨੋਟ ਯੂ ਬਟ ਉਹਨਾਂ ਦੇ ਵੀ ਬੱਚੇ ਆ, ਉਹਨਾਂ ਦੇ ਵੀ ਯੂ ਨੋ ਉਹ ਵੀ ਕੈਨੇਡਾ ਜਾਂ ਯੂਕੇ ਜਾਂ ਕਿਤੇ ਨਾ ਕਿਤੇ ਰਹਿੰਦੇ ਆ, ਬਟ ਉਹਨਾਂ ਤੋਂ ਉਹਨਾਂ ਕੋਲ ਕੋਈ ਨਹੀਂ ਪੁੱਛਦਾ ਕਿ ਤੁਸੀਂ ਆਪਣੇ ਬੱਚੇ ਨੂੰ ਨਹੀਂ ਮਿਸ ਕਰਦੇ, ਤੁਸੀਂ ਕਿਵੇਂ ਬੈਲੈਂਸ ਕਰਦੇ ਆ, ਬੱਚੇ ਤੁਹਾਡੇ ਬਿਨਾਂ ਰਹਿ ਪੈਂਦੇ ਆ, ਸੋ ਦੈਟਸ ਨੋਟ ਫੇਅਰ। ਮਤਲਬ ਆਈ ਫੀਲ ਕਿ ਜੇ ਇੱਕ ਫਾਦਰ ਬਾਹਰ ਜਾ ਕੇ ਕੰਮ ਕਰ ਸਕਦਾ ਤਾਂ ਇੱਕ ਮਦਰ ਵੀ ਜਾ ਸਕਦਾ। ਅਸੀਂ ਹਮੇਸ਼ਾ ਇੱਕ ਔਰਤ ਉੱਤੇ ਇੱਕ ਕੁੜੀ ਉੱਤੇ ਉਹ ਗਿਲਟ ਪਾਉਣਾ ਚਾਹੁੰਦੇ ਹਾਂ, ਯੂ ਨੋ ਕਿ ਓ ਸ਼ੀ ਲੈਫਟ ਹਰ ਕਿਡਸ, ਸ਼ੀ ਲੈਫਟ ਹਰ ਕਿਡਸ, ਦੈਟਸ ਨੋਟ ਫੇਅਰ। ਪਿਆਰ us this is the koka couple right here compatibility understanding each other and fighting for each other, yes. To meet karde hain ki thodi movie as expectations te khari utre te main gurleen kaur panzera news wallo vicky te binder nal signing off.